शहर कसूर है दूर मेरे लई ते तेरे लई न कुदर होए साडे नालों पंछी चंगे भावें इधर जान बाप दादा रहंदे सी है नी ते ओ अपना देसी है ना सोचे आई कदी कीता गौर हमीदिया अच्छा लगदा ही नहीं सी हुन असी पक्के पक्के आ गए ना 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 बिल्कुल नहीं सी लगदा हमीदिया साडे नालों चंगे ने जनार ओए हमीदिया साडे नालों चंगे ने जनार ओए ਉਹਦੇ 'ਤੇ 22 ਪਿੰਡ ਸਿੱਖਾਂ ਦੇ ਆ ਗਏ ਹਮਲਾ ਕਰਨ ਉਹਨਾਂ ਨੂੰ ਹੌਸਲਾ ਨਹੀਂ ਪਿਆ ਹੈ ਨਹੀਂ ਕਿ ਸਾਡੇ 'ਤੇ ਹਮਲਾ ਕਰਨ ਦਾ ਬਿਲਕੁਲ ਕਿਸਮ ਦੀ ਮਜ਼ਬੀ ਆਜ਼ਾਦੀ ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ ਵੇ ਮਾਰ ਕੇ ਉਹਨਾਂ ਲੋਕਾਂ ਨਾਲ ਦੁਸ਼ਮਣੀ ਕੋਈ ਨਹੀਂ ਬਸ ਇਹ ਹਕੂਮਤਾਂ ਦਾ ਚੱਕਰ ਹੈ ਕੋਈ ਹੈ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਕਿਉਂ ਨਹੀਂ ਰੱਖ ਸਕਦੇ ਕਿਉਂ ਨਹੀਂ ਰੱਖ ਸਕਦੇ ਅਗਰ ਇਹ ਹਕੂਮਤ ਚਾਹੇ ਹੈ ਨਹੀਂ ਔਖਾ ਨਹੀਂ ਹੈਗਾ ਕੁਛ ਵੀ ਨਹੀਂ ਔਖਾ ਇਹ ਕਹਿੰਦਾ ਔਖਾ ਜੀ ਇੱਕ ਦੂਸਰੇ ਨਾਲ ਸਾਡੇ ਰਹਿਣ ਸਹਿਣ ਹੈ ਨਹੀਂ ਜ਼ੁਬਾਨ ਇੱਕ ਜ਼ੁਬਾਨ ਹੈ ਲਾਹੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਆਸਾਨੀ ਦੇ ਨਾਲ ਉਹ ਇੱਧਰ ਚਲੇ ਜਾਏ ਆਸਾਨੀ ਦੇ ਨਾਲ ਇੱਧਰ ਆ ਜਾ ਹੈ ਨਹੀਂ ਇਹ ਅਸੀਂ ਤਾਂ ਅਸਲਾਮ ਵਾਲੇਕਮ ਮੈਂ ਨਸ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ ਪੰਜਾਬੀ ਲਹਿਰ ਦੀ ਟੀਮ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪੰਜਾਬ ਦੇ ਓਵਰਆਲ ਬਲਕਿ ਪਾਕਿਸਤਾਨ ਦੇ ਵੱਖ ਵੱਖ ਥਾਵਾਂ ਵੱਖ ਵੱਖ ਜਗ੍ਹਾ 'ਤੇ ਜਾ ਕੇ 1947 ਦੀ ਵੰਡ ਤੋਂ ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਦੇ ਹਾਲਾਤਾਂ 'ਤੇ ਝਾਤੀ ਪਾਉਣ ਲਈ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ ਉਹਨਾਂ ਦੀ ਵੀਡੀਓ ਬਣਾ ਕੇ ਤੁਹਾਡੇ ਰੂਬਰੂ ਕਰੀ 1947 ਦੀ ਵੰਡ ਦੇ ਦੁੱਖ ਪੀੜਾਂ ਆਪਣੇ ਪਿੰਡਾਂ 'ਤੇ ਹੰਡਾਈਆਂ ਅਤੇ ਉਹ ਉਹ ਵਕਤ ਉਹ ਕਿਵੇਂ ਦੇ ਹਾਲਾਤ ਸਨ ਉਹ ਸਾਰਾ ਕੁਛ ਵੇਖਿਆ ਅਤੇ ਇਸੇ ਸਿਲਸਿਲੇ 'ਚ ਇਸ ਤਰ੍ਹਾਂ ਦੀ ਇੱਕ ਵੀਡੀਓ ਇਸ ਤਰ੍ਹਾਂ ਦੀ ਇੱਕ ਖੂਬਸੂਰਤ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਦੀ ਦਾਸਤਾਨ ਤੁਹਾਡੇ ਰੂਬਰੂ ਕਰਾਂਗੇ ਅਤੇ ਅੱਜ ਅਸੀਂ ਪਹੁੰਚੇ ਹਾਂ 80 JB ਤਾਂ JB ਤੁਹਾਨੂੰ ਦੱਸਦਾ 80 ਇਹਨੂੰ ਚੰਗ ਬ੍ਰਾਂਚ ਜਿਹੜੀਆਂ ਅੰਗਰੇਜ਼ ਨੇ 12 ਵਸਾਈਆਂ ਸੀ ਉਹਨਾਂ ਪਿੰਡਾਂ ਦੇ ਨੰਬਰ ਜਿਹੜੇ ਉਹ ਨਹਿਰਾਂ ਦੇ ਰੱਖੇ ਸੀ ਜਿਸ ਤਰ੍ਹਾਂ ਹੁਣ ਅਸੀਂ 80 JB ਬੈਠੇ ਹਾਂ ਜੀਂਬੇ ਜਾਂ ਇੰਗਲਿਸ਼ 'ਚ ਤੁਸੀਂ JB ਕਹਿ ਲਓ ਝੰਗ ਬ੍ਰਾਂਚ 80 JB ਝੰਗ ਬ੍ਰਾਂਚ ਇੱਥੇ ਪੈਸਲੇ ਦੇ ਕੋਲ ਅਸੀਂ ਪਹੁੰਚੇ ਹਾਂ ਬਜ਼ੁਰਗਾਂ ਨਾਲ ਗੱਲਬਾਤ ਕਰਨ ਵਾਸਤੇ ਅਤੇ ਇੱਥੇ ਪਹੁੰਚੇ ਹਾਂ ਬਾਬਾ ਜੀ ਮੁਹੰਮਦ ਇਕਬਾਲ ਸਾਹਿਬ ਦੇ ਕੋਲ ਗੱਲ ਕਰਨ ਵਾਸਤੇ ਅਤੇ ਉਹਨਾਂ ਕੋਲ ਪੁੱਛਾਂਗੇ ਉਹ ਹਾਲਾਤ ਉਹ ਦਾਸਤਾਨ ਪੁੱਛਾਂਗੇ ਉਹ ਕਿਸ ਤਰ੍ਹਾਂ ਦੇ ਹਾਲਾਤ ਸਨ ਕਿਸ ਤਰ੍ਹਾਂ ਦਾ ਪਹਿਲੋਂ ਵਸੇਬ ਸੀ ਕਿਸ ਤਰ੍ਹਾਂ ਦੇ ਲੋਕ ਸਨ ਪਾਕਿਸਤਾਨ ਹਿੰਦੁਸਤਾਨ ਨਹੀਂ ਸੀ ਬਣਿਆ ਦੋ ਮੁਲਕ ਨਹੀਂ ਸੀ ਬਣੇ ਇੱਕੋ ਥਾਂ ਰਹਿੰਦੇ ਸੀ ਉਦੋਂ ਦੇ ਕਿਵੇਂ ਹਾਲਾਤ ਸੀ ਕਿਵੇਂ ਲੋਕ ਵੱਸਦੇ ਸੀ ਕਿਸ ਤਰ੍ਹਾਂ ਸਰਵਾਈਵ ਕਰਦੇ ਸੀ ਕਿਸ ਤਰ੍ਹਾਂ ਦਾ ਮੇਲ ਵਰਤ ਸੀ ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ ਅਤੇ ਆਓ ਗੱਲ ਕਰਦੇ ਹਾਂ ਬਾਬਾ ਜੀ ਮੁਹੰਮਦ ਇਕਬਾਲ ਨਾਲ ਅਸਲਾਮ ਵਾਲੇਕਮ ਵਾਲੇਕਮ ਅਸਲਾਮ ਹਾਂਜੀ ਇਹ ਪਹਿਲੋਂ ਨਾਂ ਤਾਂ ਤੁਹਾਡਾ ਦੱਸ ਦਿੱਤਾ ਮੁਹੰਮਦ ਇਕਬਾਲ ਹਾਂਜੀ ਅਤੇ ਅੱਬਾ ਜੀ ਤੁਹਾਡੇ ਦਾ ਗੁਲਾਮ ਮੁਹੰਮਦ ਖਾਂ ਗੁਲਾਮ ਮੁਹੰਮਦ ਖਾਂ ਹਾਂਜੀ ਅਤੇ ਦਾਦਾ ਜੀ ਦਾ ਵੀ ਆਦ ਜੇ ਦਾਦਾ ਦੇ ਮੌਲਾ ਬਖਸ਼ ਮੌਲਾ ਬਖਸ਼ ਹਾਂਜੀ ਠੀਕ ਠੀਕ ਹਾਂਜੀ ਤੇ ਇਹ ਦੱਸਿਓ ਵੀ ਆਪਣਾ ਪਿੱਛੇ ਪਿੰਡ ਦੇਸ ਜਿਹਨੂੰ ਆਉਂਦੇ ਆ ਹਾਂਜੀ ਦੇਸ ਹੀ ਆਉਂਦੇ ਜੋ ਸਾਡੇ ਦਗਾਮ ਸਾਡਾ ਪਿੰਡ ਸੀ ਹਾਂ ਹੈ ਨਹੀਂ ਉਹ ਅਸੀਂ ਜਾਈਦਾ ਨਾ ਜਿੱਥੇ ਜਿਹੜੇ ਬਜ਼ੁਰਗਾਂ ਨੂੰ ਆਉਂਦੇ ਵੀ ਦੇਸ ਹਾਂਜੀ ਮੈਂ ਸਵਾਲ ਕਰਦਾ ਹੁੰਦਾ ਵੀ ਦੇਸ ਤੇ ਹੁਣ 77 ਸਾਲ ਦੇ ਹੋ ਗਏ ਹੁਣ ਦੇਸ ਆਪਣਾ ਹਾਂਜੀ ਹੁਣ ਦੇਸ ਕਿਵੇਂ ਹੋ ਹੁਣ ਬਸ ਦੇਖੋ ਜੀ
ਪੁਰਾਣਾ ਜਿਹੜਾ ਨਾ ਆਪਣੇ ਜਿੱਥੇ ਬਾਪ ਦਾਦਾ ਰਹਿੰਦੇ ਸੀ ਹੈ ਨੀ ਤੇ ਉਹ ਆਪਣਾ ਦੇਸ਼ ਹੀ ਹੈ ਨਾ ਕਿੰਨੀ ਦੇਰ ਤੱਕ ਇੱਧਰ ਹੁਣ ਤੱਕ ਵੀ ਦੇਸ਼ ਹੀ ਮੈਂ ਸੁਣਦਾ ਹੁੰਦਾ ਵੀ ਹੁਣ ਤਾਂ ਥੋੜ੍ਹਾ ਜਿਹਾ ਕੰਮ ਬਦਲ ਗਿਆ ਵਾ ਹੁਣ ਦਸਾਂ ਬਾਅਦ ਅਸੀਂ ਤਾਂ ਸ਼ੁਰੂ ਜਿਸ ਵੇਲੇ ਆਏ ਹਾਂ ਨਾ ਪਾਰਟੀਸ਼ਨ ਤੋਂ ਮਤਲਬ ਕਦੇ ਕਹਿਣਾ ਦਸਾਂ ਦਿਨਾਂ ਨੂੰ ਪੰਦਰਾਂ ਦਿਨਾਂ ਨੂੰ ਚਲੇ ਜਾਣਾ ਕਦੇ ਫਿਰ ਮਹੀਨੇ ਨੂੰ ਚਲੇ ਜਾਣਾ ਯਾਨੀ ਇਸੇ ਤਰ੍ਹਾਂ ਪੰਜ ਦਸ ਸਾਲ ਲੰਘ ਗਏ ਹੈ ਨੀ ਵਾਪਸ ਚਲੇ ਜਾਣਾ ਵਾਪਸ ਚਲੇ ਜਾਣਾ ਦੇਸ਼ ਚਲੇ ਜਾਣਾ ਉਹ ਖਿੱਚ ਜਿਹੜੀ ਉਹ ਪੈਂਦੀ ਮੈਂ ਕਿਹਾ ਵਾ ਉਹ ਬਹੁਤ ਖਿੱਚ ਪੈਂਦੀ ਹੈ ਬਹੁਤ ਖਿੱਚ ਨਹੀਂ ਤੇ ਉਹ ਦਸ ਸਾਲ ਇਹ ਹੀ ਲੱਗਦਾ ਰਿਹਾ ਵੀ ਹੁਣ ਆਪਾਂ ਹਾਂਜੀ ਵਾਪਸ ਚਲੇ ਜਾਣਾ ਵਾਪਸ ਚਲੇ ਜਾਣਾ ਹਾਂ ਤੇ ਇਹ ਆਪਣੇ ਬਜ਼ੁਰਗ ਵੱਡੇ ਉਦੋਂ ਤੁਸੀਂ ਤੇ ਦੱਸਣ ਡੇ ਕੋਈ ਦਸ ਗਿਆਰਾਂ ਸਾਲ ਦੇ ਸੋ ਹਾਂਜੀ ਹਾਂਜੀ ਉਹ ਫਿਰ ਵੱਡੇ ਬਜ਼ੁਰਗ ਆਉਂਦੇ ਹੋਣੇ ਨਿਆਣਿਆਂ ਨੂੰ ਦੱਸਦੇ ਫਿਰ ਹੀ ਪਤਾ ਲੱਗਦਾ ਨਾ ਆਪਾਂ ਚੱਲ ਜਾਣਾ ਪਿਛਾਂ ਆਪਣੇ ਹਾਂਜੀ ਹਾਂਜੀ ਇਹ ਸਾਰੇ ਕਹਿੰਦੇ ਸੀ ਸਾਰੇ ਲੱਗਦਾ ਹੀ ਨਹੀਂ ਸੀ ਵੀ ਹੁਣ ਅਸੀਂ ਪੱਕੇ ਪੱਕੇ ਆ ਗਏ ਨਾ 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 ਬਿਲਕੁਲ ਨਹੀਂ ਸੀ ਲੱਗਦਾ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਤੇ ਇੱਕ ਦਫਾ ਚੌੜੇ ਵਾਲੀ ਡਗਾਮ ਚੌੜੇ ਦੇ ਦਰਮਿਆਨ ਇੱਕ ਸੜਕ ਹੈ ਨੀ ਉਹਦੇ ਤੇ 22 ਪਿੰਡ ਸਿੱਖਾਂ ਦੇ ਆ ਗਏ ਹਮਲਾ ਕਰਨ ਉਹਨਾਂ ਨੂੰ ਹੌਸਲਾ ਨਹੀਂ ਪਿਆ ਹੈ ਨੀ ਵੀ ਸਾਡੇ ਤੇ ਹਮਲਾ ਕਰਨ ਦਾ ਇਹ ਵੀ ਗੱਲਬਾਤ ਆਪਾਂ ਪੁੱਛਾਂਗੇ ਤੁਹਾਡੇ ਕੋਲ ਸਾਰੀ ਹਾਂਜੀ ਅੱਛਾ ਇਹ ਦੱਸੋ ਵੀ ਪਿੱਛੇ ਸੀ ਪਿੰਡ ਆਪਣਾ ਡਗਾਮ ਡਗਾਮ ਤੇ ਬਰਾਦਰੀ ਕਿਹੜੀ ਬੈਠੀ ਸੀ ਡਗਾਮ ਚ ਡਗਾਮ ਦੇ ਵਿੱਚ ਰਾਜਪੂਤ ਰਾਈਆਂ ਦੇ 10-15 20 ਘਰ ਸੀ ਹਾਂਜੀ ਹਾਂ ਤੇ ਰਾਜਪੂਤਾਂ ਦੇ ਰਾਜਪੂਤਾਂ ਸਾਰਾ ਰਾਜਪੂਤਾਂ ਦਾ ਪਿੰਡ ਸੀ ਕਿੰਨੇ ਕੁ ਘਰ ਹੋਣੇ ਆ ਤਕਰੀਬਨ ਗਿਣਤੀ ਜੇ ਆਪਾਂ ਮੋਟਾ ਮੋਟਾ ਯਾਦ ਹੋਏ ਕਾਫੀ ਹੈ ਨੀ 100 ਘਰ ਦੇ ਕਰੀਬ ਹੋਏਗਾ ਇੱਥੋਂ ਆਈਡੀਆ ਹੋ ਜਾਊਗਾ ਨੰਬਰਦਾਰ ਕਿੰਨੇ ਸੀ ਇੱਕ ਸੀ ਦੋ ਚਾਰ ਨੰਬਰਦਾਰ ਸੀ ਤੇ ਵੱਡਾ ਪਿੰਡ ਸੀ ਤੇ ਤਾਂ ਵੱਡਾ ਪਿੰਡ ਸੀ ਜੇ ਨੰਬਰਦਾਰ ਚਾਰ ਸੀ ਹਾਂਜੀ ਹਾਂਜੀ ਅੱਛਾ ਇਹ ਤੇ ਉਹ ਆਪਣੇ ਪਿੰਡ ਦੇ ਨੰਬਰਦਾਰ ਦੇ ਹੀ ਨਾਮ ਹੀ ਸਾਡਾ ਤਾਇਆ ਨੰਬਰਦਾਰ ਸੀ ਗੁਲਾਮ ਅਲੀ ਖਾਂ ਤੁਹਾਡੇ ਤਾਇਆ ਸੀ ਹਾਂਜੀ ਤੇ ਤੁਹਾਡੀ ਪਤੀ ਦੇ ਹਾਂਜੀ ਹਾਂਜੀ ਹਾਂ ਤੇ ਦੂਜੀ ਪਤੀ ਦੇ ਉਹ ਦੇ ਤਿੰਨ ਹੋਰ ਸੀ ਜੀ ਇੱਕ ਰਾਈਆਂ ਦਾ ਸੀ ਤੇ ਦੋ ਰਾਜਪੂਤ ਹੋਰ ਸੀ ਹਾਂਜੀ ਉਹਨਾਂ ਦੇ ਨਾਂ ਨਹੀਂ ਯਾਦ ਲੱਭਦਾ ਉਹਨਾਂ ਦੇ ਨਾਂ ਯਾਦ ਨਹੀਂ ਹੁਣ ਠੀਕ ਤੇ ਇਹ ਦੱਸਿਓ ਵੀ ਆਪਣੇ ਬੜਾ ਜਿਹੜਾ ਪਿੰਡ ਡਗਾਮ ਆ ਇਹ ਕਿੱਥੇ ਕਰਕੇ ਪੈਂਦਾ ਹੁਸ਼ਿਆਰਪੁਰ 'ਚ ਗੜਸ਼ੰਕਰ ਤੋਂ ਤਹਿਸੀਲ ਗੜਸ਼ੰਕਰ ਹਾਂਜੀ ਉਸ ਤੋਂ 2 ਕਿਲੋਮੀਟਰ ਸੀ ਤਹਿਸੀਲ ਗੜਸ਼ੰਕਰ ਤੋਂ ਹਾਂ ਹਾਂਜੀ ਠੀਕ ਉਹ ਪਾਣੀ ਪੂਣੀ ਉਦੋਂ ਨਹਿਰੀ ਸੀ ਜਾਂ ਖੂਹਾਂ ਦਾ ਪਾਣੀ ਅਸੀਂ ਪਹਿਲਾਂ ਚੜਸ ਹੁੰਦੇ ਸੀ ਜੀ ਬਹੁਤ ਵੱਡਾ ਜੇ ਉਹਦੀ 10-20 ਮਣ ਪਾਣੀ ਪੈ ਜਾਂਦਾ ਸੀ ਉਹ ਟੱਗਿਆਂ ਦੇ ਨਾਲ ਖਿੱਚਦੇ ਸੀ ਹੈ ਨੀ ਉਸ ਤੋਂ ਬਾਅਦ ਰਾਹਟ ਲੱਗ ਗਏ ਟਿੰਡਾਂ ਵਾਲੇ ਹੈ ਨੀ ਟਿੰਡਾਂ ਵਾਲੇ ਰਾਹਟ ਸੀ ਜਿਸ ਵੇਲੇ ਅਸੀਂ ਵਾਈ ਉਦੋਂ ਇਹੀ ਸੀ ਵਾਈ ਇਹੀ ਸੀ ਠੀਕ ਅੱਛਾ ਇਹ ਦੱਸੋ ਵੀ ਉੱਥੇ ਡਗਾਮ 9-10 ਸਾਲ ਦੀ ਉਮਰ ਪੜ੍ਹਦੇ ਸੀ ਤੁਸੀਂ ਮੈਂ ਤੀਸਰੀ ਜਮਾਤ ਚੌੜੇ ਪੜ੍ਹਦਾ ਸੀ ਚੌੜੇ ਪੜ੍ਹ ਲੱਗ ਗਈ ਆ ਚੌੜੇ ਲੱਗ ਗਈ ਹੈ ਚੌੜਾ ਪਿੰਡ ਕਿੰਨੀ ਕੁ ਦੂਰ ਹੈ ਆਪਣੇ ਡਗਾਮ ਤੋਂ 1.5 ਮੀਲ ਤੁਰ ਕੇ ਜਾਂਦੇ ਹੋਣੇ ਤੁਰ ਕੇ ਪਹਿਲਾਂ ਤਾਂ ਕਿੱਥੇ ਸੀ ਸਵਾਰੀਆਂ ਕੁਛ ਵੀ 10-10, 12-12 ਮੀਲ ਤੁਰ ਕੇ ਬਣੇ ਬਿਲਕੁਲ ਤੇ ਆਪਣੇ ਉੱਥੇ ਹਿੰਦੂ ਰਾਜਪੂਤ ਜਿਹੜੇ ਸੀ ਨਾ ਉਹ ਸਾਡੇ ਮਤਲਬ ਆਪਣੇ ਗੋਦ ਦੇ ਸਾਡੇ ਵਿੱਚੋਂ ਬੜਾ ਪਿਆਰ ਕਰਦੇ ਹੁੰਦੇ ਸੀ ਉਹ ਤੁਹਾਡੀ ਗੋਦ ਦੇ ਸੀ ਹਾਂ ਸਾਡੀ ਗੋਦ ਦੇ ਸੀ ਉਹਨਾਂ ਦਾ ਕੋ ਪਤਾ ਕਿਹੜੇ ਘੋੜੇਵਾ ਹਾਂਜੀ ਅੱਛਾ ਉਹਨਾਂ ਦੀ ਗੋਦ ਘੋੜੇਵਾ ਹਾਂਜੀ ਹਾਂ ਅੱਛਾ ਤੁਹਾਡੇ ਘੋੜੇ ਹਰਵੰਸ ਸਿੰਘ ਹੋਣੇ ਹਰਵੰਸ ਸਿੰਘ ਹਾਂਜੀ ਹਾਂ ਇਹ ਘੋੜੇਵਾ ਆਪਣੇ ਘਿਆਲੇ ਵੀ ਬੈਠੇ 57 ਚ ਰਾਜਪੂਤ ਹਾਂਜੀ ਹਾਂਜੀ ਅੱਛਾ ਉਹ ਜਿਹੜੇ ਆਪਣੇ ਚੌੜੇ ਦੇ ਸੀ ਆਪਣੀ ਗੋਦ ਦੇ ਹਿੰਦੂ ਜਾਂ ਸਿੱਖ ਉਹਨਾਂ ਦੇ ਕੋਈ ਨਾਵਾਂ ਦਾ ਪਤਾ ਹੋਰ ਹੋਰ ਦਾ ਨਹੀਂ ਹੈ ਜੀ ਮੈਂ ਤੀਸਰੀ ਪੜ੍ਹਨ ਜਾਂਦਾ ਸੀ ਅੱਛਾ ਇਹ ਦੱਸੋ ਵੀ ਆਪਣੇ ਸਕੂਲ ਦੇ ਵਿੱਚ ਮਾਸਟਰਾਂ ਦੇ ਨਾਂ ਦੇ ਚੇਤੇ ਹੋਣੇ ਟੀਚਰਾਂ ਦੇ ਚੌੜੇ ਇੱਕ ਹਿੰਦੂ ਘੁਮਿਆਰ ਸੀ ਉਹ ਕਿੱਥੋਂ ਦਾ ਸੀ ਉਹ ਪਤਾ ਨਹੀਂ ਨਾਲ ਕਿਸੇ ਨਾਲ ਦੇ ਪਿੰਡ ਦਾ ਸੀ ਤੇ ਇੱਕ ਵਲੈਤ ਖਾਂ ਹੈਡਮਾਸਟਰ ਸਮਝ ਲਓ ਹੈ ਜੀ ਉਹ ਆਪਣੇ ਚਦਿਆਣੀ ਦਾ ਕਿਹੜਾ ਪਿੰਡ ਸੀ ਜੀ
ਮੇਰੇ ਨਾਲ ਆਪਣੇ ਪਿੰਡ ਦੇ ਡਗਾਮ ਦੇ ਅਬਦੁਲ ਗਫੂਰ ਹੈ ਅਫਜ਼ਲ ਮੁਹੰਮਦ ਅਫਜ਼ਲ ਹੈ ਇਹ ਪੜ੍ਹਦੇ ਸੀ। ਅੱਛਾ ਇਹ ਦੱਸੋ ਵੀ ਇਹ ਚੌੜੇ ਤੇ ਦੱਸਿਆ 1.5 ਕਿਲੋਮੀਟਰ ਸੀ ਡਗਾਮ ਤੋਂ, ਹਾਂਜੀ, ਤੇ ਹੋਰ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਕੋਈ 10-12 ਲਾਗੇ ਲਾਗੇ ਪਤਾ ਹੁੰਦਾ ਵੀ ਆਹ ਦਿਨੋਵਾਲ ਹਿੰਦੂਆਂ ਸਿੱਖਾਂ ਦਾ ਹੀ ਪਿੰਡ ਸੀ, ਦਿਨੋਵਾਲ ਦਿਨੋਵਾਲ ਠੀਕ ਹੈ, ਡੇਰੋਂ ਡੇਰੋਂ ਹਾਂਜੀ, ਤੇ ਬੀਰੋਂਪੁਰ ਪਨਾਮ ਪਨਾਮ ਹਾਂਜੀ। ਅੱਛਾ ਅੱਛਾ ਹਾਂਜੀ। ਅੱਛਾ ਇਹ ਦੱਸੋ ਵੀ ਤਾਇਆ ਜੀ ਸਰ ਨੰਬਰਦਾਰ, ਹਾਂਜੀ, ਤੇ ਉਹ ਇਸ ਤਰ੍ਹਾਂ ਹੁੰਦਾ ਵਾ ਅਕਸਰ ਜਿਵੇਂ ਹੁਣ ਆਪਾਂ 80 'ਚ ਬੈਠੇ ਹਾਂ, ਹਾਂਜੀ, 79 ਦਿਨ ਦਾ ਪਤਾ ਵਾ, ਹੁਣ ਵੋਟਾਂ ਵੀ ਸਾਡੇ ਪਈਆਂ, ਪਤਾ ਹੁੰਦਾ ਵੀ ਫਲਾਣਾ ਨੰਬਰਦਾਰ ਨੇ ਫਲਾਣੇ ਨੂੰ ਵੋਟ ਦੇਣੇ, ਹਾਂਜੀ, ਤੇ ਫਲਾਣਾ ਆ ਆਹ 81 'ਚ ਫਲਾਣਾ, ਪੰਡੋਰੀ ਫਲਾਣਾ, ਮੁੱਲਾਪੁਰ 'ਚ ਲਾਗੇ ਮੁੱਲਾਪੁਰ ਲੱਗਦਾ ਵਾ, ਹਾਂਜੀ, ਇੱਥੋਂ ਦਾ ਫਲਾਣਾ ਨੰਬਰਦਾਰ ਹੈ, ਕੋਈ ਲਾਗੇ ਆਪਣੇ ਆਉਣ ਜਾਣ ਆਪਣੇ ਤਾਏ ਹੋਣਾਂ ਕੋਲ ਲਾਗੇ ਦੇ ਕਿਸੇ ਬੰਦਿਆਂ ਦਾ ਸਰਦਾਰਾਂ ਦਾ ਪਿੰਡ ਜਾਂ ਹਿੰਦੂਆਂ ਦਾ ਕੋਈ ਹੈਗਾ? ਸਾਡੇ ਰਾਹੋਂ ਇੱਕ ਪਿੰਡ ਸੀ, ਮੇਰਾ ਖਿਆਲ ਜਲੰਧਰ 'ਚ ਸੀ, ਨਜ਼ਦੀਕ ਹੀ ਸਾਡੇ ਤੇ ਹੈ ਜੀ, ਉਹ ਚੌਧਰੀ ਅਬਦਰਮਾਨ ਖਾਂ ਬਹੁਤ ਬੜਾ ਮਾਲਕ ਸੀ ਰਾਜਪੂਤ, ਸਾਡਾ ਤਾਇਆ ਲੰਬੜਦਾਰ ਉਹਨਾਂ ਦੇ ਕੋਲ ਆਉਣਾ ਜਾਣਾ, ਅਤੇ ਉਹਨਾਂ ਦਾ ਕੋਲ ਟਿਊਬਵੈੱਲ ਉਸ ਵੇਲੇ ਟਿਊਬਵੈੱਲ ਲੱਗਾ ਹੋਇਆ ਸੀ, ਬਹੁਤ ਬੜਾ ਲੈਂਡਲਾਰਡ ਸੀ ਚੌਧਰੀ ਅਬਦਰਮਾਨ ਖਾਂ ਹੈ ਨੀ ਰਾਹੋਂ ਦਾ, ਅਤੇ ਉਹਦਾ ਟਿਊਬਵੈੱਲ ਖਰਾਬ ਹੋ ਗਿਆ। ਟਿਊਬਵੈੱਲ ਕਿਹਦਾ ਖਰਾਬ ਹੋ ਗਿਆ? ਚੌਧਰੀ ਅਬਦਰਮਾਨ ਖਾਂ ਟਿਊਬਵੈੱਲ ਖਰਾਬ ਹੋ ਗਿਆ, ਹਾਂਜੀ, ਅਤੇ ਉਹ ਸਾਡੇ ਲੰਬੜਦਾਰ ਮਿਲਣ ਗਿਆ ਸੀ ਨਾ, ਹੈ ਨੀ, ਅਤੇ ਲੰਬੜਦਾਰ ਕਹਿੰਦਾ ਉਤਰਿਓ ਨਾ, ਉਹ ਤੁਹਾਡੇ ਪਿੰਡ ਇੱਕ ਮਿਸਤਰੀ ਆ ਸੁਰਜਣ ਸਿੰਘ ਡਗਾਮ 'ਚ, ਡਗਾਮ 'ਚ ਹੈ ਨੀ, ਉਹਨੂੰ ਲੈ ਕੇ ਆਓ, ਮੈਂ ਬੜਿਆਂ ਉਹ ਮਿਸਤਰੀਆਂ ਕੋਲ ਗਏ, ਉਹ ਠੀਕ ਨਹੀਂ ਹੋਇਆ, ਉਹ ਇਹ ਫਿਰ ਲੰਬੜਦਾਰ ਸਾਡਾ ਤਾਇਆ ਉਹ ਗਿਆ ਸੁਰਜਣ ਸਿੰਘ ਨੂੰ ਬਾਲ ਕੇ ਲੈ ਕੇ ਗਿਆ, ਹੈ ਨੀ, ਉਹਨੇ ਉਸੇ ਵੇਲੇ ਜਾਂਦਿਆਂ ਕੋਲ ਪਤਾ ਲੱਗ ਗਿਆ ਉਹਨੂੰ, ਠੀਕ ਕਰ ਦਿੱਤਾ। ਚਲੋ ਅੱਛਾ, ਜਿਹੜੇ ਆ ਗੱਲ ਕਰਨ ਡਿਆ ਰਾਹੋਂ ਵਾਲੇ ਅਬਦੁਰਰਹਿਮਾਨ, ਹਾਂਜੀ, ਅੱਛਾ ਇਹ ਉਹ ਹੀ ਨੇ ਜਿਹੜੇ ਸਾਡੇ ਇੰਟੀਰੀਅਰ ਮਿਨਿਸਟਰ ਰਹੇ ਨੇ ਐਸਨ ਕੁਮਾਰ, ਉਹਨਾਂ ਦੇ ਨਾਨਾ ਜੀ ਉਹਨਾਂ ਦੇ ਨਾਨਾ ਜੀ ਬਿਲਕੁਲ। ਅੱਛਾ ਇਹ ਦੱਸਿਓ ਤੁਹਾਨੂੰ ਆਪਾਂ ਪੁੱਛ ਲਈਏ ਪਿੰਡ ਡਗਾਮ ਦੀ, ਹਾਂਜੀ, ਤੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਵੀ 4 ਸੀ ਨੰਬਰਦਾਰੀਆਂ, ਹਾਂਜੀ, ਪਿੰਡ ਦੇ ਵਿੱਚ, ਹਾਂਜੀ, ਤੇ ਕੋਈ ਘਰ ਦੂਜੇ ਹਿੰਦੂਆਂ ਦੇ ਜਾਂ ਸਿੱਖਾਂ ਦਾ ਵੀ ਹੈਗਾ ਸੀ? ਹੈ ਇੱਕ ਹੈ ਸੀ, ਇੱਕ ਘਰ ਸੀ ਹਿੰਦੂਆਂ ਸਿੱਖਾਂ ਦਾ, ਇੱਕ ਹਿੰਦੂਆਂ ਦਾ ਤੇ ਇੱਕ ਸਿੱਖਾਂ ਦਾ, ਹਿੰਦੂ ਤਾਂ 5-4 ਘਰ ਹੋਣਗੇ, ਇੱਕ ਬਾਹਮਣ ਜੈ ਸੀ ਹੈ ਨੀ, ਹੰਸਾ ਹੁਕਮਾਂ ਉਹ ਦੁਕਾਨ ਬਣਾਈ ਹੋਈ ਸੀ ਉਹਨਾਂ ਨੇ, ਹੈ ਨੀ, ਠੀਕ, ਹੁਕਮਾਂ ਠੀਕ, ਹੈ ਨੀ, ਚੀਜ਼ਾਂ ਲੈਣ ਜਾਈਦਾ, ਦਾਣੇ ਲੈ ਕੇ ਜਾਈਦਾ, ਪੱਲੇ ਚ ਪਾਣੇ ਦਾਣੇ ਲੈ ਜਾਣੇ, ਕੀ ਲੈਂਦੇ ਕੀ ਹੁੰਦੇ ਦੁਕਾਨ ਤੋਂ? ਬਸ ਐਦਾਂ ਕੋਈ ਚੀਜ਼ ਖਾਣ ਵਾਲੀ ਜਾਂ ਕੁਛ ਹੈ ਜੀ, ਟਾਂਗਰੀ ਟੂੰਗਰੀ ਉਦੋਂ ਆਉਂਦੇ ਹੁੰਦੇ? ਹਾਂਜੀ ਹਾਂਜੀ ਟਾਂਗਰੀ ਬਿਲਕੁਲ ਬਿਲਕੁਲ, ਟਾਂਗਰੀ ਟੂੰਗਰੀ ਆਉਂਦੇ ਉਦੋਂ ਹੁੰਦੀ ਸੀ, ਹਾਂਜੀ ਹਾਂਜੀ, ਉਹ ਲਿਆ ਕੇ ਖਾਣੀ ਸੀ, ਉਹ ਲਿਆ ਕੇ। ਅੱਛਾ ਜਿਹੜਾ ਸਿੱਖਾਂ ਦਾ ਸੀ ਘਰ ਇੱਕ, ਉਹਨਾਂ ਦਾ ਕੋਈ ਜ਼ਿਹਨ 'ਚ ਹੈ ਕੀ ਸੀ ਨਾਂ ਉਹਦਾ? ਮਿਲਖੀ ਸ਼ਹਿਰ ਹੈ ਜੀ, ਅਤੇ ਸੁਨਿਆਰਿਆਂ ਦਾ ਨਾਂ ਸੀ ਰੱਖਾ ਅਤੇ ਤੁਲਸੀ, ਰੱਖਾ ਤੇ ਤੁਲਸੀ ਤੁਲਸੀ। ਅੱਛਾ ਇੱਕ ਦਾ ਨਾਮ ਹਿੰਦੂਆਂ ਵਾਲਾ ਤੇ ਰੱਖਾ ਤੇ ਆ ਬਹੁਤਾ ਮੁਸਲਮਾਨਾਂ ਨੂੰ ਰੱਖਦੇ ਹੁੰਦੇ ਰੱਖਾ, ਉਹਨਾਂ ਦਾ ਵੀ ਹੈ ਨਹੀਂ, ਉਹਦੇ 2 ਬੇਟੇ ਸੀ ਬੇਲੀ ਰਾਮ ਅਤੇ ਬਨਾਰਸੀ ਦਾਸ। ਇਹ ਕਿਹਦੇ ਮੁੰਡੇ ਸੀ? ਰੱਖੇ ਦੇ ਬੇਲੀ ਰਾਮ ਬਨਾਰਸੀ ਦਾਸ। ਅੱਛਾ ਇਹ ਸੁਨਿਆਰਿਆਂ ਦਾ ਘਰ ਸੀ? ਇਹ ਸੁਨਿਆਰਿਆਂ ਦਾ ਘਰ ਸੀ, ਗ੍ਰਾਮਾ ਫੋਨ ਉਹਨਾਂ ਨੇ ਰੱਖਿਆ ਹੋਇਆ ਸੀ, ਸੂਈ ਵਾਲੀ ਮਸ਼ੀਨ ਜਿਹੜੀ ਹੈ ਨਾ ਰਿਕਾਰਡ, ਉੱਥੇ ਰਿਕਾਰਡ ਸੁਣਦੇ, ਉੱਥੇ ਵਿੱਚ ਚਲੇ ਜਾਣਾ ਸਾਰਿਆਂ ਨੇ ਸੁਣਨ। ਅੱਛਾ ਇਹ ਦੱਸੋ ਵੀ ਇਹਦੇ ਜਿਵੇਂ ਦੱਸਿਆ ਵੀ 4-5 ਘਰ ਸੀ ਦੂਸਰੇ ਹਿੰਦੂਆਂ ਦੇ ਸਿੱਖਾਂ ਦਾ, ਹਾਂਜੀ, ਤੇ ਦੂਜੇ ਤੁਸੀਂ ਆਂਢ ਗੁਆਂਢ ਵੀ ਦੱਸਿਆ ਚੌੜੇ ਜਾਂ ਇੱਧਰ ਵੀ ਕਮਿਊਨਿਟੀਆਂ ਦੂਜੀਆਂ ਰਹੀਆਂ, ਹਾਂਜੀ ਹਾਂਜੀ ਹਾਂ। ਅੱਛਾ ਕੋਈ ਐਸਾ ਮਸਲਾ ਦਰਪੇਸ਼ ਨਹੀਂ ਸੀ ਵੀ ਮੁਸਲਮਾਨ ਸਿੱਖਾਂ ਹਿੰਦੂਆਂ ਦਾ ਕੋਈ ਮਜ਼ਹਬੀ ਕੋਈ ਇਸ ਤਰ੍ਹਾਂ ਦਾ ਕੋਈ ਚੱਕਰ ਤਾਂ ਨਹੀਂ ਸੀ? ਸਾਡੇ ਪਿੰਡ 'ਚ ਕੋਈ ਨਹੀਂ ਸੀ ਜੀ, ਆਜ਼ਾਦੀ ਸੀ, ਮਜ਼ਹਬੀ ਬਿਲਕੁਲ ਕਿਸਮ ਦੀ ਮਜ਼ਹਬੀ ਆਜ਼ਾਦੀ।
ਹਾਂਜੀ ਹਾਂ ਉੱਥੇ ਚੌੜੇ ਨੂੰ ਵੀ ਅਸੀਂ ਪੜ੍ਹਨ ਜਾਂਦੇ ਹੁੰਦੇ ਸੀ ਉਹਨਾਂ ਨੇ ਪੌ ਲਾਏ ਹੁੰਦੇ ਸੀ ਉੱਥੇ ਪਾਣੀ ਰੱਖੇ ਉੱਥੇ ਚਣੇ ਵੀ ਥੋੜ੍ਹੇ ਜਿਹੇ ਰੱਖੇ ਉਹਨੇ ਹੈ ਨਹੀਂ ਅਤੇ ਉਹ ਪਾਣੀ ਸਾਨੂੰ ਇੱਦਾਂ ਪਿਲਾਉਣਾ ਬੁੱਕ 'ਚ ਇੰਨਾ ਕੁ ਕਰਦੇ ਸੀ ਬਾਕੀ ਪਲੀਤੀ ਵਾਲਾ ਚੱਕਰ ਹੈਗਾ ਹਾਂ ਹੈ ਸੀ ਹੈ ਸੀ ਹੈ ਸੀ ਉੱਥੇ ਸਾਡੇ ਪਿੰਡ ਕੋਈ ਨਹੀਂ ਸੀ ਹੈ ਜੀ ਮਤਲਬ ਸਾਡੇ ਉਹਨਾਂ ਅਕਸਰੀਅਤ ਮੁਸਲਮਾਨ ਰਾਜਪੂਤਾਂ ਦੀ ਸੀ ਅੱਛਾ ਵੈਸੇ ਤੂੰ ਤੁਹਾਡਾ ਕੀ ਪੁਆਇੰਟ ਆਫ ਵਿਊ ਆ ਵੀ ਜਿਹੜਾ ਪਾਕੀ ਪਲੀਤੀ ਵਾਲਾ ਚੱਕਰ ਇਹਦੇ ਵਿੱਚ ਪਿੱਛੇ ਤੁਸੀਂ ਕੀ ਕਹਿੰਦੇ ਜੇ ਇਹ ਹੈ ਵਾ ਕੋਈ ਇਸ ਤਰ੍ਹਾਂ ਦੀ ਗੱਲ ਵੈਸੇ ਜੇ ਤਾਂ ਗੱਲ ਕਰੀਏ ਆਪਾਂ ਐਜ਼ ਏ ਮੁਸਲਿਮ ਹਾਂਜੀ ਇਹ ਵੀ ਕੋਈ ਚੱਕਰ ਨਹੀਂ ਹੈ ਨਾ ਨਾ ਜੇ ਸਿੱਖਾਂ ਦੀ ਗੱਲ ਕਰੀਏ ਤਾਂ ਬਾਬੇ ਨਾਨਕ ਨੇ ਵੀ ਆ ਕੇ ਪਾਕੀ ਪਲੀਤੀ ਇਹਨਾਂ ਦੀ ਇਹ ਤਾਂ ਸਿੱਖਾਂ ਦੇ ਤਾਂ ਬੜੇ ਯਾਰੀ ਦੋਸਤੀ ਸੀ ਸਾਡੇ ਹਾਂਜੀ ਅੱਜ ਇਸ ਵੇਲੇ ਆਉਣ ਅਸੀਂ ਗੜਸ਼ੰਕਰ ਨੂੰ ਗਏ ਹਾਂ ਨਾ ਜਿਸ ਵੇਲੇ ਖਤਰਾ ਹੋਇਆ ਅਤੇ ਉਹ ਕਹਿੰਦੇ ਸੀ ਵੀ ਤੁਸੀਂ ਨਾ ਜਾਓ ਅਸੀਂ ਹਰ ਤਰ੍ਹਾਂ ਦੀ ਤੁਹਾਡੀ ਆਵਾਜ਼ ਕਰਾਂ ਕੌਣ ਕਹਿੰਦੇ ਸੀ ਸਿੱਖ ਕਿੱਥੋਂ ਦੇ ਸੂਰਾਂਪੁਰ ਦੇ ਹੈਂਜੀ ਦਿਨੋਵਾਲ ਦੇ ਹਾਂਜੀ ਕਈ ਵੀ ਨਾ ਜਾਓ ਹਾਂਜੀ ਬੜਾ ਮਤਲਬ ਪਿਆਰ ਸੀ ਉਹਨਾਂ ਦੇ ਨਾਲ ਹਾਂਜੀ ਬਹੁਤ ਪਿਆਰ ਸੀ ਕੋਈ ਸੁਨਿਆਰਿਆਂ ਦੇ ਜਿਹੜੇ ਨਾ ਹਿੰਦੂ ਸੁਨਿਆਰੇ ਸੀ ਉਹਨਾਂ ਨੇ ਸਾਡੀ ਹਵੇਲੀ ਆ ਕੇ ਬੈਠੇ ਰਹਿਣਾ ਕਾਫੀ ਦੇਰ ਹਾਂਜੀ ਉਹਨਾਂ ਦੇ ਮੁੰਡਿਆਂ ਨੇ ਹਾਂਜੀ ਬੇਲੀ ਬਨਾਰਸੀ ਬੇਲੀ ਤੇ ਬਨਾਰਸੀ ਹਾਂ ਉਹ ਤੁਹਾਡੇ ਹਾਣ ਦੇ ਸੀ ਹਾਂਜੀ ਸਾਡੇ ਬੜੇ ਭਾਈਆਂ ਦੇ ਹਾਣ ਦੇ ਸੀ ਹੁਕਮਾਂ ਹੰਡ ਸਾਹਿਬ ਉਹਨਾਂ ਦੇ ਨਾ ਦੁਕਾਨ ਤੋਂ ਤਾਂ ਅਸੀਂ ਚੌੜੇ ਨੂੰ ਪੜ੍ਹਨ ਜਾਈਦਾ ਸਾ ਕਈ ਚੀਜ਼ਾਂ ਉੱਥੋਂ ਲੈ ਕੇ ਦਾਣੇ ਉਹਨਾਂ ਨੂੰ ਦੇਣੇ ਅਤੇ ਚੀਜ਼ ਲੈ ਲੈਣੀ ਅੱਛਾ ਇਹ ਆਪਣੇ ਪਿੰਡ ਮਸਜਿਦਾਂ ਕਿੰਨੀਆਂ ਸੀ ਉਦੋਂ ਮਸਜਿਦਾਂ ਸੀ ਤਿੰਨ ਤਿੰਨ ਹਾਂਜੀ ਨਾਂ ਨੂੰ ਰੱਖੀ ਮਸਜਿਦ ਇੱਕ ਸਾਡੀ ਮਸਜਿਦ ਸੀ ਹੈਂਜੀ ਤਾਂ ਸਾਡਾ ਤਾਇਆ ਗੁਲਾਮ ਅਲੀ ਖਾਨ ਉਹਦੀ ਹਵੇਲੀ ਦੇ ਨਾਲ ਹੀ ਹੈਂਜੀ ਅਤੇ ਇੱਕ ਰਾਈਆਂ ਦੀ ਮਸਜਿਦ ਸੀ ਅੱਛਾ ਇਹ ਦੱਸੋ ਕਿ ਹੁਣ ਥੋੜ੍ਹੀ ਜਿਹੀ ਗੱਲ ਸਾਨੂੰ ਸੁਣਾ ਦਿਉ ਵੀ ਜਦੋਂ ਉਜਾੜੇ ਪੈ ਗਏ ਹਾਂਜੀ ਜਦੋਂ ਪਤਾ ਲੱਗ ਗਿਆ ਵੀ ਹੁਣ ਸਾਨੂੰ ਜਾਣਾ ਪੈਣਾ ਹਾਂਜੀ ਜਦੋਂ ਪਤਾ ਲੱਗ ਗਿਆ ਵੀ ਹੁਣ ਸਾਨੂੰ ਜਾਣਾ ਪੈਣਾ ਹਾਂਜੀ ਕਿੰਨੀ ਦਿਨ ਪਹਿਲਾਂ ਪਤਾ ਲੱਗਾ ਤੁਰਨ ਤੋਂ ਅਸੀਂ ਉੱਥੇ ਡਗਾਮ ਤੋਂ ਗੜਸ਼ੰਕਰ ਚਲੇ ਗਏ ਨਹੀਂ ਮੈਂ ਨਾ ਪਤਾ ਕਿੰਨੇ ਦਿਨ ਪਹਿਲਾਂ ਤੁਹਾਨੂੰ ਲੱਗਾ ਵੀ ਹੁਣ ਜਾਣਾ ਪੈਣਾ ਸਾਨੂੰ ਤੁਰਨ ਤੋਂ ਮਹੀਨਾ 20 ਦਿਨ ਸਿਆਣੇ ਤਾਂ ਮੰਨਦੇ ਹੀ ਨਹੀਂ ਸੀ ਉਹ ਕਹਿੰਦੇ ਕੋਈ ਘਰ ਬਾਰ ਛੱਡ ਕੇ ਜਾਂਦਾ ਉਹ ਜਾਂਦਾ ਹੈ ਅਤੇ ਬਸ ਅਖੀਰ ਮਤਲਬ ਅਸੀਂ ਜਿਸ ਵੇਲੇ ਖਦਸ਼ਾ ਹੋਇਆ ਵੀ ਹਮਲਾ ਹੋ ਜਾਣਾ ਗੜਸ਼ੰਕਰ ਚਲੇ ਗਏ ਸਮਾਨ ਸਮੂਨ ਲਿਆ ਆਪਣਾ ਕੋਈ ਵੀ ਸਮਾਨ ਸਾਰਾ ਉੱਥੇ ਪਿਆ ਸੀ ਆਪ ਚਲੇ ਗਏ ਜਾਣ ਗੜਸ਼ੰਕਰ ਚਲੇ ਗਏ ਹੈਨੀ ਉੱਥੇ ਕੈਂਪ ਵੱਜਾ ਸੀ ਕੈਂਪ ਨਹੀਂ ਅਸੀਂ ਬਾਕੀ ਲੋਕ ਤਾਂ ਸਾਰੇ ਕੈਂਪਾਂ 'ਚ ਰਹੇ ਉੱਥੇ ਰਾਣਾ ਇਫਤਖਾਰ ਇੱਕ ਰਾਣੇ ਮੁਹੰਮਦ ਸੈਨ ਦਾ ਬੇਟਾ ਉਹ ਸਾਡੇ ਭਾਈਆਂ ਦਾ ਦੋਸਤ ਸੀ ਰਾਏ ਅਬਦੁਲ ਰਜ਼ਾਕ ਹੈਨੀ ਆਹ ਮਨਿਸਟਰ ਜਿਹੜਾ ਰਿਹਾ ਹੈਨੀ ਇਹਨਾਂ ਦਾ ਖਾਨਦਾਨ ਸੀ ਅਤੇ ਬਸ ਇਹ ਜਿਸ ਵੇਲੇ ਫਿਰ ਮਤਲਬ ਨਾ ਪਾਰਟੀਸ਼ਨ ਹੋਈ ਇਹਨਾਂ ਨੂੰ ਫਿਰ ਇਹ ਵੱਡੇ ਵੱਡੇ ਬੰਦਿਆਂ ਨੂੰ ਉੱਥੇ ਗ੍ਰਿਫਤਾਰੀਆਂ ਕਰਦੇ ਸੀ ਸਾਡਾ ਹਾਂਜੀ ਸਾਡਾ ਭਾਈ ਆਰਮੀ 'ਚ ਸੀ ਉਹ ਇਹਨਾਂ ਨੂੰ ਲੈ ਆਇਆ ਲਾਹੌਰ ਛੱਡ ਗਿਆ ਅਤੇ ਖੁਦ ਆਪ ਫਿਰ ਟਰੱਕਾਂ 'ਚ ਆਰਮੀ ਦੇ ਟਰੱਕ ਅਸੀਂ ਤਾਂ ਉਹਦੇ 'ਚ ਆ ਗਏ ਕੋਈ ਮੁਸ਼ਕਲ ਨਹੀਂ ਹੋਈ ਬਿਲਕੁਲ ਸਾਨੂੰ ਤਾਂ ਕਤਲ ਪੁਰ ਸਕੂਨ ਰਸਤੇ 'ਚ ਇੱਕ ਦਫ਼ਾ ਸਤਲੁਜ ਦਾ ਪੁਲ ਟੁੱਟਾਇਆ ਸੀ ਉੱਥੇ ਫਿਰ ਥੋੜ੍ਹੇ ਜਿਹੇ ਇੱਕ ਦੋ ਦਿਨ ਉਹਨਾਂ ਨੂੰ ਬਾਰਿਸ਼ਾਂ ਦਾ ਮੌਸਮ ਸੀ ਹੈਨੀ ਅਤੇ ਇੱਕ ਲੱਗੇ ਫਿਰ ਉੱਥੇ ਨਾਲ ਦੇ ਪਿੰਡ ਹਮਲਾ ਹੋਇਆ ਉੱਥੇ ਵੀ ਬਹੁਤ ਮਾਰਦੇ ਪਿੰਡ ਇਹ ਸਤਲੁਜ ਦੇ ਕੋਲ ਹੀ ਹੈਨੀ ਅਤੇ ਉਹਨਾਂ ਨੂੰ ਵੀ ਮੁਸਲਮਾਨਾਂ ਨੂੰ ਬਿਠਾਲ ਕੇ ਲਿਆਂਦਾ ਟਰੱਕਾਂ 'ਚ ਹਾਂਜੀ ਅਸੀਂ ਤਾਂ ਇੱਥੇ ਆਰਾਮ ਦੇ ਨਾਲ ਪਾਕਿਸਤਾਨ 'ਚ ਲਾਹੌਰ ਆ ਗਏ ਲਾਹੌਰੋਂ ਲਾਹੌਰੋਂ ਨਹੀਂ ਫਿਰ ਮਤਲਬ ਅਸੀਂ ਨਾ ਗੁਜਰਾਂ ਵਾਲੇ ਗਏ ਗਰਜਾਖ ਇੱਕ ਜਗ੍ਹਾ ਫਿਰ ਉੱਥੇ ਮਹੀਨਾ ਰਹੇ ਉਹ ਪੁੱਛਦੇ ਸੀ ਵੀ ਤੁਸੀਂ ਕੌਣ ਉਹ ਭਾਈ ਕਹਿਣ ਲੱਗੇ ਸਾਨੂੰ ਪੁੱਛਦੇ ਆ ਵੀ ਤੁਸੀਂ ਕੌਣ ਹੁੰਦੇ ਆ
ਤੇ ਬਸ ਕਹਿੰਦੇ ਅਸੀਂ ਇੱਥੇ ਨਹੀਂ ਰਹਿਣਾ, ਫਿਰ ਸਿਆਲਕੋਟ ਚਲੇ ਗਏ ਤਹਿਸੀਲ ਡਸਕਾ ਚ, ਡਸਕੇ ਚਲੇ ਗਏ ਪਸੀਆ ਇੱਕ ਪਿੰਡ ਆ ਉਮਰ ਕੇ ਪਸੀਆ, ਢਿਲਮ ਬਲੱਗਣ ਢਿਲਮ ਬਲੱਗਣ ਦੇ ਨਾਲ ਨਾਲ ਹੀ ਭੋਪਾਲ ਵਾਲਾ ਆਦਮ ਕੇ ਹੈ ਨੀ ਉਹਦੇ ਕੋਲ ਉੱਥੇ ਚਲੇ ਗਏ। ਹਾਂਜੀ ਉੱਥੇ ਪੰਜ ਸਾਲ ਅਤੇ ਫਿਰ ਇਹ ਆ ਜਿਸ ਵੇਲੇ ਕਲੇਮ ਫਾਰਮ ਦਿੱਤੇ ਨਾ ਪਿਛਲੇ ਜ਼ਮੀਨ ਦੇ, ਉੱਥੇ ਫਿਰ ਦੋ ਘਰ ਸਾਡੇ ਸੀ, ਅਸੀਂ ਕਿਹਾ ਵੀ ਬਰਾ ਉੱਥੇ ਕੋਈ ਨਹੀਂ, ਫਿਰ ਬਰਾਦਰੀ ਚਲੀਏ, ਫਿਰ ਇੱਥੇ ਫੈਸਲਾਬਾਦ ਆਏ। ਜ਼ਮੀਨ ਜ਼ਮੀਨ ਪੂਰੀ ਪੈ ਗਈ? ਹਾਂਜੀ ਜ਼ਮੀਨ ਪੂਰੀ ਪੈ ਗਈ। ਅੱਛਾ ਅਤੇ ਇਹ ਦੱਸੋ ਵੀ ਜਦੋਂ ਗੁਜਰਾਂ ਵਾਲੇ ਮਹੀਨਾ ਰਹੇ ਜਾਂ ਉੱਥੇ ਰਹੇ ਆਪਣੇ ਸਿਆਲਕੋਟ, ਹਾਂਜੀ ਕਿਸ ਤਰ੍ਹਾਂ ਸੀ ਸਮਾਨ ਸਮੂਨ ਤਾਂ ਲਿਆਂਦਾ ਕੋਈ ਨਾ, ਕਿਸ ਤਰ੍ਹਾਂ ਗੁਜ਼ਾਰੇ ਕੀਤੇ? ਬਸ ਹੈ ਜੀ ਭਾਈ ਮੁਲਾਜ਼ਮ ਸੀ, ਹੈ ਜੀ ਇਹ ਆਪਣੀ ਆਪਣੀ ਮੁਲਾਜ਼ਮਤ ਚਲੇ ਗਏ ਅਤੇ ਬਸ ਅੱਲਾਹ ਪਾਕ ਗੁਜ਼ਾਰਾ ਕਰਦੇ। ਵਾਲਦ ਸਾਹਿਬ ਵੀ ਸਾਡੇ ਕੋਆਪਰੇਟਿਵ ਸੁਸਾਇਟੀ 'ਚ ਮੁਲਾਜ਼ਮ ਸਬ ਇੰਸਪੈਕਟਰ ਸੀ, ਹੈ ਜੀ ਅਤੇ ਫਿਰ ਤਾਂ ਇਹ ਵੀ ਮੁਲਾਜ਼ਮ ਸਨ ਦੋ, ਫਿਰ ਤਾਂ ਗੁਜ਼ਰ ਬਸਰ ਹੁੰਦੀ ਰਹੀ। ਠੀਕ ਲੇਕਿਨ ਲੋਕਾਂ ਨੇ ਬਹੁਤ ਔਖਾ ਸਰਵਾਈਵ ਕੀਤਾ, ਕਹਿੰਦੇ ਆ ਕਿ ਪੰਜ ਪੰਜ ਸਾਲ ਮੰਜੀ ਨਹੀਂ ਬਣੀ। ਨਹੀਂ ਨਹੀਂ ਸਾਨੂੰ ਅਸੀਂ ਤਾਂ ਜੀ ਬਿਲਕੁਲ ਨਹੀਂ ਜੀ ਕੋਈ ਕਿਸੇ ਕਿਸਮ ਦੀ ਨਾ ਸਾਨੂੰ। ਅੱਛਾ ਆਪਣਾ ਪਿਛਲਾ ਪਿਛੋਕੜ ਵੀ ਯਾਦ ਆਉਂਦਾ ਪਿੱਛੇ ਕਦੀ ਦਿਲ ਕੀਤਾ ਆਪਣਾ ਪਿੰਡ ਵੇਖਣ? ਬੜਾ ਦਿਲ ਕਰਦਾ। ਅੱਛਾ ਅਤੇ ਹੁਣ ਸਬੱਬ ਹੁਣ ਇਹ ਹੈ ਕਿ ਬੁਢਾਪੇ ਦੇ ਵਿੱਚ ਮਿਲ ਗਿਆ ਜੀ, ਨਹੀਂ ਜ਼ਿਹਨ 'ਚ ਕੁਛ ਲੇਟਿਆ ਅਕਸਰ ਬੰਦਾ ਲੰਮੇ ਪਿਆ ਹੋਵੇ ਨਾ ਜ਼ਿਹਨ 'ਚ ਆਈਆਂ ਪੁਰਾਣੀਆਂ ਗੱਲਾਂ, ਪਿੰਡ ਆਇਆ ਹੋਵੇ ਨਕਸ਼ਾ ਘੁੰਮਿਆ ਜ਼ਿਹਨ 'ਚ ਘੁੰਮਦਾ। ਬਿਲਕੁਲ ਜੀ ਬਿਲਕੁਲ। ਕਿਸ ਤਰ੍ਹਾਂ ਦਾ ਪਿੰਡ ਸੀ? ਸਾਡਾ ਪਿੰਡ ਤਿੰਨ ਚਾਰ ਤਰਫਾਂ ਕਹਿੰਦੇ ਹੁੰਦੇ ਸੀ ਉਸ ਵੇਲੇ, ਸਾਡੀ ਮਹਿਲਾਂ ਵਾਲੀ ਦੀ ਤਰਫ ਕਹਿੰਦੇ ਸੀ, ਹੈ ਜੀ ਇੱਕ ਡੱਫਿਆਂ ਦੀ ਤਰਫ ਹੁੰਦੀ ਸੀ, ਹੈ ਜੀ ਅਤੇ ਭਾਣੋਵਾਲ, ਹੈ ਜੀ ਅਤੇ ਬਸ ਇੱਕ ਰਾਈਆਂ ਦਾ, ਹੈ ਜੀ ਉਹ ਜੁਦਾ ਹੀ ਸੀ। ਅੱਛਾ ਇਹ ਦੱਸੋ ਜਿਵੇਂ ਤੁਸੀਂ ਦੱਸ ਪਾਉਂਦੇ ਵੀ ਪਿੰਡ ਵੀ ਯਾਦ ਆਉਂਦਾ ਪਿੱਛੇ, ਕਦੀ ਕੋਸ਼ਿਸ਼ ਨਹੀਂ ਕੀਤੀ ਵੀ ਆਪਾਂ ਜਾਈਏ ਪਿੱਛੇ? ਕੋਸ਼ਿਸ਼ ਨਹੀਂ ਕੀਤੀ, ਟਰਾਈ ਨਹੀਂ ਕੀਤੀ, ਹਾਲਾਤ ਦੋਵਾਂ ਮੁਲਕਾਂ ਦੇ। ਹਾਂਜੀ ਹਾਂਜੀ ਹਾਂ ਇਸ ਵਜ੍ਹਾ ਦੇ ਨਾਲ। ਅੱਛਾ ਇਹ ਦੱਸੋ ਵੀ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਹਾਲਾਤ ਇੰਨੇ ਲਾਗੇ ਲਾਗੇ ਪਿੰਡਾਂ ਦੇ ਬੰਦੇ ਆ ਗਏ ਹਿੰਦੂ ਸਿੱਖ ਆ ਗਏ ਵੀ ਜਾਓ ਨਾ ਅਸੀਂ ਤੁਹਾਡੇ ਨਾਲ। ਹਾਂਜੀ ਹਾਂਜੀ ਇਹ ਹੁਣ ਦੋ ਮੁਲਕ ਬਣਨ ਦੇ ਨਾਲ ਹੀ ਇੰਨੀ ਦੁਸ਼ਮਣੀ ਕਿਉਂ ਪੈ ਗਈ, ਇਹਦਾ ਕੀ ਵਜ੍ਹਾ ਬਣੀ? ਬਸ ਉਹਨਾਂ ਲੋਕਾਂ ਨਾਲ ਦੁਸ਼ਮਣੀ ਕੋਈ ਨਹੀਂ, ਬਸ ਇਹ ਹਕੂਮਤਾਂ ਦਾ ਚੱਕਰ ਹੈ ਕੋਈ ਹੈ ਜੀ, ਉਵੇਂ ਤਾਂ ਗੱਲ ਕੋਈ ਨਾ ਨਾ ਉਸ ਤਰ੍ਹਾਂ ਬਿਲਕੁਲ ਕੋਈ ਗੱਲ ਨਹੀਂ। ਉਹ ਸਾਨੂੰ ਇਸ ਤਰ੍ਹਾਂ ਮਤਲਬ ਚਾਹੁੰਦੇ ਆ ਨਾ ਬਹੁਤ ਦਿਨ। ਅੱਛਾ ਇਹ ਦੱਸੋ ਵੀ ਹੁਣ ਜਿਸ ਤਰ੍ਹਾਂ 70-71 ਸਾਲ ਹੋ ਗਏ ਆ ਅਸੀਂ ਗੱਲ ਕਰਦੇ ਹੁੰਦੇ ਵੀ ਇਹ ਬਾਰਡਰੋਂ ਇੱਧਰ ਆ ਗਏ ਅਸੀਂ, ਦੋ ਮੁਲਕ ਬਣ ਗਏ, ਇੱਧਰ ਪਾਕਿਸਤਾਨ ਪੰਜਾਬ ਬਣ ਗਿਆ, ਉਹਦਾ ਹਿੱਸਾ ਪਰਲਾ ਇੰਡੀਆ ਪੰਜਾਬ ਬਣ ਗਿਆ, ਵੀ ਉਹ ਹੈ ਤਾਂ ਅਸੀਂ ਪੰਜਾਬੀ ਪਿੱਛੋਂ ਜਿਹੜੇ ਆ ਨਾ ਇੱਕੋ ਹੀ ਪੰਜਾਬੀ ਜ਼ੁਬਾਨ ਵੀ ਇੱਕ ਕਰੀਏ, ਜ਼ੁਬਾਨ ਵੀ ਇੱਕ ਹੈ, ਸਾਡਾ ਰਹਿਣ ਸਹਿਣ ਸਾਰਾ ਕੁਛ ਇੱਕ ਹੈ। ਹਾਂਜੀ ਹਾਂਜੀ ਚਲੋ ਦੋ ਮੁਲਕ ਬਣ ਗਏ, ਹਾਂਜੀ ਜਿਵੇਂ ਦੂਸਰੇ ਦੁਨੀਆ ਦੇ ਮੁਲਕ ਨੇ ਇੱਕ ਦੂਜੇ ਨਾਲ ਮੇਲ ਵਰਤਨ ਆਪਾਂ ਰੱਖ ਨਹੀਂ ਸਕਦੇ? ਕਿਉਂ ਨਹੀਂ ਰੱਖ ਸਕਦੇ ਅਗਰ ਇਹ ਹਕੂਮਤ ਚਾਹੇ, ਹੈ ਨਹੀਂ ਤੇ ਔਖਾ ਨਹੀਂ ਹੈਗਾ, ਕੁਛ ਵੀ ਨਹੀਂ ਔਖਾ, ਇਹ ਕਾਹਦਾ ਔਖਾ ਜੀ, ਇੱਕ ਦੂਸਰੇ ਨਾਲ ਸਾਡੇ ਰਹਿਣ ਸਹਿਣ ਹੈ ਜੀ, ਜ਼ੁਬਾਨ ਇੱਕ ਹੈ ਜੀ, ਤੌਰ ਤਰੀਕਾ ਇੱਕ। ਅੱਛਾ ਇਹ ਦੱਸੋ ਵੀ ਹੁਣ ਦੋਵਾਂ ਮੁਲਕਾਂ ਦੀ ਜਿਹੜੀ ਸਾਹਮਣੇ ਦੋਵਾਂ ਮੁਲਕਾਂ ਦੀ ਜਿਹੜੀ ਸਰਕਾਰ ਹੈ ਜਾਂ ਆਵਾਮ ਆ ਉਹਨੂੰ ਜੇ ਆਪਾਂ ਇਹਨਾਂ ਵੀਡੀਓਜ਼ ਰਾਹੀਂ ਇਹਨਾਂ ਗੱਲਾਂ ਬਾਤਾਂ ਦੇ ਰਾਹੀਂ ਕੋਸ਼ਿਸ਼ ਕਰੀਏ ਕਿ ਆਪਾਂ ਆਉਣ ਵਾਲੇ ਵਕਤ 'ਚ ਇਕੱਠੇ ਮੇਲ ਜੋਲ ਹੋਵੇ, ਬੇਸ਼ੱਕ ਦੋ ਮੁਲਕ ਰਹਿਣ, ਹਾਂਜੀ ਹਾਂਜੀ ਦੋ ਮੁਲਕ ਆਪਾਂ ਆਪਣੀ ਥਾਈਂ ਕਾਇਮ ਰਹਿਣ, ਬਿਲਕੁਲ ਲੇਕਿਨ ਮੇਲ ਜੋਲ ਬਣਿਆ ਰਹੇ, ਇੱਕ ਦੂਸਰੇ ਨੂੰ ਆਉਣ ਜਾਣ ਦੀ ਆਜ਼ਾਦੀ ਹੋਵੇ। ਕੀ ਸਲਾਹ ਦਿਓਗੇ ਦੋਵਾਂ ਮੁਲਕਾਂ ਦੀ ਸਰਕਾਰ ਨੂੰ? ਹਾਂ ਇੱਕ ਇਹ ਕੋਈ ਖੌਫ ਹਰਾਸ ਨਾ ਹੋਵੇ, ਹੈ ਨੀ ਆਸਾਨੀ ਦੇ ਨਾਲ ਕੋਈ ਇੱਧਰ ਚਲੇ ਜਾਏ, ਆਸਾਨੀ ਦੇ ਨਾਲ ਇੱਧਰ ਆ ਜਾਣ, ਹੈ ਨੀ ਅਤੇ ਇਹ ਅਸੀਂ ਤਾਂ ਚਾਹੁੰਦੇ ਜਿਹੜੀ ਆਪਾਂ ਜੰਗ ਛੋਈ ਆ 71 ਸਾਲ ਹੋ ਗਏ, ਅੱਜ ਵੀ ਕੋਈ ਕਮੀ ਆਵੇ? ਹਾਂਜੀ ਹਾਂਜੀ ਬਿਲਕੁਲ ਅਸੀਂ ਆਉਂਦੇ ਹਾਂ ਵੀ ਜਦੋਂ 47 ਦੇ ਨਾ ਆਖਰ ਗੱਲ ਤਾਂ ਜਿਹੜੀ 47 ਵਾਲੀ ਹੈ ਨਾ ਉਹਨੂੰ ਲੈ ਕੇ ਤੁਰਦੇ ਆ, ਪਹਿਲੀ ਨਹੀਂ ਤੇ ਉਹ ਆਉਂਦੇ ਆ ਉਹ ਆਪਣੀ ਆਵਾਮ ਨੂੰ ਮੀਡੀਆ ਉਹਨਾਂ ਦਾ ਦੱਸਦਾ ਵੀ ਸਾਨੂੰ ਮੁਸਲਮਾਨਾਂ ਨੇ ਮਾਰਿਆ,
ਇੱਧਰ ਦੱਸਦੇ ਵੀ ਸਿੱਖਾਂ ਨੇ ਮਾਰਿਆ। ਹਾਂਜੀ 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 ਹੋਏ ਵਾਕਿਆ ਤੇ ਹੋਏ ਬੇਸ਼ੱਕ, ਲੇਕਿਨ ਉਹਦੇ ਵਿੱਚ ਮੈਂ ਇਹਨਾਂ ਨੂੰ ਵੀ ਇਹ ਲੋਕ ਉਹ ਜਿਹੜੇ ਲੋਕ ਸਨ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਉਹ ਮਨਫੀ ਲੋਕ ਸਨ, ਉਹ ਕੁਛ ਲੋਕ ਸਨ ਲੇਕਿਨ ਨਾ ਸਾਰਿਆਂ ਦਾ ਲੱਗ ਗਿਆ। ਹਾਂ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਇਸੇ ਤਰ੍ਹਾਂ ਮਨਫੀ ਕਿਸਮ ਦੇ ਜਿਸ ਤਰ੍ਹਾਂ ਹੁਣ ਸਾਡੇ ਮੁਆਸ਼ਰੇ 'ਚ ਵੀ ਹੈ, ਹੁਣ ਵੀ ਹੈ, ਇਸੇ ਤਰ੍ਹਾਂ ਉੱਥੇ ਵੀ ਸੀ। ਅਤੇ ਅਕਸਰੀਅਤ ਜਿਹੜੀ ਹੈ ਨਾ ਇੱਕ ਦੂਸਰੇ ਨਾਲ ਪਿਆਰ ਔਰ ਮੁਹੱਬਤ ਕਰਨ ਵਾਲਿਆਂ ਦੀ ਸੀ। ਇਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਪਾਰਟੀਸ਼ਨ ਦੇ ਨਾਲ ਬਜ਼ੁਰਗਾਂ ਦੇ ਨਾਲ, ਇਹਨਾਂ ਤੋਂ ਕੋਈ ਗੱਲਬਾਤ ਪੁੱਛ ਕੇ ਤੁਹਾਡੇ ਰੂਬਰੂ ਕਰੀ ਦੀ, ਅਤੇ ਮੈਂ ਅੱਜ ਤੱਕ ਇਸ ਤਰ੍ਹਾਂ ਦਾ ਵਾਕਿਆ ਨਹੀਂ ਸੁਣਿਆ ਕਿਸੇ ਬਜ਼ੁਰਗ ਨੇ, ਕਿਸੇ ਐਸੇ ਉਸ ਬਜ਼ੁਰਗ ਨੇ ਜਿਹਨਾਂ ਨੇ ਉਹ ਟਾਈਮ ਵੇਖਿਆ ਆਖਿਆ ਹੋਵੇ ਵੀ ਸਾਡੇ ਜਦੋਂ ਲੜਾਈ ਸੀ ਜਾਂ ਨਫ਼ਰਤ ਸੀ। ਚਲੋ ਛੋਟੇ ਮੋਟੇ ਮਾਈਨਰ ਵਾਕਿਆ ਜਿਹੜੇ ਵਾ ਹੁੰਦੇ ਰਹਿੰਦੇ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨਾਂ ਵੀਡੀਓਜ਼ ਦੇ ਰਾਹੀਂ ਇਹਨਾਂ ਬਜ਼ੁਰਗਾਂ ਦੇ ਰਾਹੀਂ ਕਿ ਆਉਣ ਵਾਲੇ ਵਕਤ ਆਉਣ ਵਾਲੇ ਟਾਈਮ ਦੇ ਵਿੱਚ ਇਹ ਹਾਲਾਤ ਬਿਹਤਰ ਹੋਣ, ਆਪਾਂ ਦੋਵੇਂ ਮੁਲਕ ਜਿਹੜੇ ਇੱਕ ਜੰਗ ਦੀ ਸੂਰਤ 'ਚ ਮੁਬਤਲਾ ਹੈ, ਅਸਲੇ ਦੀ ਦੌੜ 'ਚੋਂ ਬਾਹਰ ਆਈਏ, ਪਿਆਰ ਮੁਹੱਬਤ ਅਮਨ ਦੇ ਨਾਲ ਹਮਸਾਏ ਗੁਆਂਢੀ ਬਣ ਕੇ ਰਹੀਏ, ਬੇਸ਼ੱਕ ਬੇਸ਼ੱਕ ਗੁਆਂਢੀ ਬਣ ਕੇ ਵਸੀਏ। ਅਤੇ ਇਹ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਰਿਕਾਰਡ ਕਰਕੇ। ਅਗਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਕੋਈ ਸਟੋਰੀ ਜਿਹੜੀ ਤੁਸੀਂ ਸਮਝਦੇ ਹੋ ਵੀ ਇਹਦਾ ਹਿੱਸਾ ਬਣ ਸਕਦੀ ਹੈ, ਤੁਸੀਂ ਸਕਰੀਨ 'ਤੇ ਸਾਡਾ ਨੰਬਰ ਚੱਲਦਾ ਵਾ, ਵਟਸਐਪ ਨੰਬਰ, ਤੁਸੀਂ ਉੱਥੇ ਸਾਡੇ ਨਾਲ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ। ਅਸੀਂ ਹੋਪਫੁਲੀ ਕੋਸ਼ਿਸ਼ ਕਰਾਂਗੇ ਜਿੱਥੇ ਪਹੁੰਚ ਸਕਦੇ ਹੋਈਏ ਪਹੁੰਚ ਕੇ ਇਸ ਤਰ੍ਹਾਂ ਦੀ ਵੀਡੀਓ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰੀਏ। ਜੀ ਜੀ। ਅਤੇ ਜਿੰਨੀ ਦੇਰ ਤੱਕ ਰੱਬ ਨੇ ਹਿੰਮਤ ਦਿੱਤੀ ਅਤੇ ਇਹ ਜਿਹੜੀ ਇੱਕ ਚੇਨ ਚਲਾਈ ਹੈ ਕਿ ਜਿਹੜਾ ਫੁੱਲਾਂ ਦਾ ਗੁਲਦਸਤਾ ਬਣਾਉਂਦੇ ਹਾਂ ਇਹ ਬਣਾਉਂਦੇ ਰਹਾਂਗੇ। ਜੀ ਜੀ। ਅਤੇ ਅਗਲੇ ਪ੍ਰੋਗਰਾਮ ਤੱਕ ਲਈ ਨਸਰ ਚੱਲੋ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖ। ਮਿਹਰਬਾਨੀ।